ਦੋਸਤੋ ਹੁਣ ਆਪਾਂ ਗੱਲਬਾਤ ਕਰਨੀ ਹੈ ਟਾਪ 12 ਹੈਚਬੈਗ ਸੈਗਮੈਂਟ ਹੈਚਬੈਗ ਸੈਗਮੈਂਟ ਜਿਹੜਾ ਉਹ ਦਿਨ-ਬਦਨ ਅਲੋਪ ਹੁੰਦਾ ਨਜ਼ਰ ਆ ਰਿਹਾ ਹੋ ਸਕਦਾ ਅੱਗੇ ਜਾ ਕੇ ਇਹਨਾਂ ਦੀ ਸੇਲ ਬਿਲਕੁਲ ਜ਼ੀਰੋ ਤੇ ਆ ਜੇ ਕਿਉਂਕਿ ਲੋਕ ਜਿਹੜੇ ਹੈਚਬੈਗ ਦੇ ਪੈਸੇ ਖਰਚਦੇ ਆ ਥੋੜੇ ਜਿਹਾ ਹੋਰ ਪਾ ਕੇ ਤੇ ਉਹ ਤਰੱਕੀ ਕਰਕੇ ਤੇ ਐਸਯੂਵੀ ਸੈਗਮੈਂਟ ਵੱਲ ਚੱਲ ਜਾਂਦੇ ਆ ਸਿਡਾਨ ਸੈਗਮੈਂਟ ਹੈਚਬੈਗ ਸੈਗਮੈਂਟ ਦੋਨੇ ਬਿਲਕੁਲ ਤਕਰੀਬਨ ਖਤਮ-ਖਤਮ ਤੇ ਆ ਗਿਆ ਹੁਣ ਇਹਦੇ ਚ 12 ਗੱਡੀਆਂ ਹੀ ਲੈ ਕੇ ਆਏ ਕਿਉਂਕਿ ਤਕਰੀਬਨ 12 ਹੀ ਬਚਦੀਆਂ ਜਿਹੜੀਆਂ ਠੀਕ 12ਵੇਂ ਨੰਬਰ ਤੇ ਜੀ ਇਗਨਿਸ ਇਗਨਿਸ ਸੇਲ ਹੋਈਆਂ 2598 ਗੱਡੀਆਂ ਟੋਟਲ ਆਲ ਇੰਡੀਆ ਦੇ ਵਿੱਚ ਕੀਮਤ ਦੀ ਗੱਲ ਕਰ ਲਈਏ ਤੇ 584000 ਤੋਂ ਲੈ ਕੇ 825000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਇੰਡੀਆ ਦੇ ਵਿੱਚ ਮਿਲ ਜਾਂਦੀ ਹੈ ਇਹ ਜਿਹੜੀ ਸਾਰੀ ਸੇਲ ਹੈ ਇਹ ਜਨਵਰੀ 2024 ਦੀ ਮੈਂ ਤੁਹਾਨੂੰ ਦੱਸ ਰਿਹਾ ਹਾਂ ਹੁਣ ਇਹ ਇਸ ਵਾਰ ਥੋੜੀ ਜੀ ਸੇਲ ਜਿਹੜੀ ਆ ਉਹ ਕਾਫੀ ਜ਼ਿਆਦਾ ਲੇਟ ਹੋ ਗਈ ਹੈ ਕਿਉਂਕਿ ਕਿਸਾਨੀ ਮੋਰਚਾ ਚੱਲ ਰਿਹਾ ਹੈ ਤੇ ਉਹਦੇ ਵਿੱਚ ਲਗਾਤਾਰ ਜਾਣਾ ਪੈਂਦਾ ਰੋਜ਼ ਉਹਦੇ ਕਰਕੇ ਜਿਹੜੀਆਂ ਆਟੋਮੋਬਾਈਲ ਇੰਡਸਟਰੀ ਦੀਆਂ ਵੀਡੀਓ ਆ ਉਹ ਬਹੁਤ ਜ਼ਿਆਦਾ ਡਿਲੇ ਹੁੰਦੀਆਂ ਕਈ ਲੋਕ ਕਮੈਂਟ ਕਰਕੇ ਕਹਿੰਦੇ ਆ ਕਿ ਉਹਨਾਂ ਤੇ ਫਰਵਰੀ ਖਤਮ ਹੋਣ ਵਾਲਾ ਸੋ ਫਰਵਰੀ ਦੀ ਸੇਲ ਤੇ ਹਜੇ ਤੱਕ ਸਾਹਮਣੇ ਨਹੀਂ ਆਈ ਉਹ ਤੇ ਉਦੋਂ ਹੀ ਆਏਗੀ ਜਦੋਂ ਫਰਵਰੀ ਖਤਮ ਹੋ ਜਾਏਗਾ ਮਾਰਚ ਚੜ੍ਹ ਜਾਊਗਾ ਫਿਲਹਾਲ ਤੇ ਆਪਾਂ ਸਿਰਫ ਜਨਵਰੀ ਦੀ ਹੀ ਗੱਲਬਾਤ ਕਰ ਸਕਦੇ ਆ ਤੇ 11ਵੇਂ ਨੰਬਰ ਤੇ ਜੀ ਐਸਪ੍ਰੈਸੋ 3454 ਗੱਡੀਆਂ ਟੋਟਲ ਸੇਲ ਹੋਈਆਂ ਤੇ 4,26,000 ਤੋਂ ਲੈ ਕੇ 6,11,000 ਰੁਪਏ ਤੱਕ ਐਕਸ਼ੋਰਮ ਪ੍ਰਾਈਸ ਮਿਲ ਜਾਂਦੀ ਆ ਅੱਗੇ ਦੋਸਤੋ 10ਵੇਂ ਨੰਬਰ ਤੇ ਜੀ ਗਲੰਜ਼ਾ ਗਲੰਜ਼ਾ ਪੈਟਰੋਲ ਸੀਐਨਜੀ ਦੇ ਵਿੱਚ ਅਵੇਲੇਬਲ ਆ 3740 ਗੱਡੀਆਂ ਕੁੱਲ ਸੇਲ ਹੋਈਆਂ 6 ਲੱਖ 86 ਹਜ਼ਾਰ ਤੋਂ ਲੈ ਕੇ 10 ਲੱਖ ਰੁਪਏ ਤੱਕ ਐਕਸ-ਸ਼ੋਰੂਮ ਪ੍ਰਾਈਜ਼ ਮਿਲ ਜਾਂਦੀ ਹੈ ਗਲੰਜ਼ਾ ਤੁਹਾਨੂੰ ਪੈਟਰੋਲ ਚ ਵੀ ਮਿਲ ਜੂਗੀ ਸੀਐਨਜੀ ਦੇ ਵਿੱਚ ਵਿੱਚ ਵੀ ਮਿਲ ਜੂਗੀ ਦੋਨਾਂ ਦੇ ਵਿੱਚ ਮਾਈਲੇਜ ਜਿਹੜੀ ਚੰਗੀ ਹੈ ਨੌਵੇਂ ਨੰਬਰ ਤੇ ਜੀ ਸਲੈਰੀਓ 4406 ਗੱਡੀਆਂ ਟੋਟਲ ਸੇਲ ਹੋਈਆਂ 5 ਲੱਖ 36 ਹਜ਼ਾਰ ਤੋਂ ਲੈ ਕੇ 7 ਲੱਖ 11 ਹਜ਼ਾਰ ਰੁਪਏ ਤੱਕ ਐਕਸ-ਸ਼ੋਰੂਮ ਪ੍ਰਾਈਜ਼ ਮਿਲ ਜਾਂਦੀ ਹੈ ਅੱਠਵੇਂ ਨੰਬਰ ਤੇ ਜੀ ਅਲਟਰੋਜ਼ ਟਾਟਾ ਅਲਟਰੋਜ਼ ਜਿਹੜੀ ਪੈਟਰੋਲ ਸੀਐਨਜੀ ਦੇ ਵਿੱਚ ਅਵੇਲੇਬਲ ਹੈਗੇ ਜਾ ਕੇ ਈਵੀ ਚ ਵੀ ਆ ਜੂਗੀ 4935 ਗੱਡੀਆਂ ਟੋਟਲ ਸੇਲ ਹੋਈਆਂ 635000 ਤੋਂ ਲੈ ਕੇ 1080000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜੇਗੀ 7ਵੇਂ ਨੰਬਰ ਤੇ ਜੀ ਟਾਟਾ ਟਿਏਗੋ ਜਿਹੜੀ ਪੈਟਰੋਲ ਸੀਐਨਜੀ ਈਵੀ ਔਰ ਸੀਐਨਜੀ ਦੇ ਵਿੱਚ ਆਟੋਮੈਟਿਕ ਟਰਾਂਸਮਿਸ਼ਨ ਦੇ ਨਾਲ ਵੀ ਮਿਲ ਜੂਗੀ ਇੰਡੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੀ ਹੋਇਆ ਕਿ ਕੋਈ ਗੱਡੀ ਸੀਐਨਜੀ ਦੇ ਵਿੱਚ ਵੀ ਆ ਔਰ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਵੀ ਆ ਸੀਐਨਜੀ ਦਾ ਕਿੰਗ ਮੰਨਿਆ ਜਾਂਦਾ ਮਰੂਤੀ ਸੁਕੀ ਨੂੰ ਪਰ ਹਜੇ ਤੱਕ ਉਹਨਾਂ ਕੋਲ ਵੀ ਇਹੋ ਜੀ ਖੋਜ ਨਹੀਂ ਨਿਕਲੀ ਸੋ ਟਾਟਾ ਨੇ ਵਧੀਆ ਖੋਜ ਕੀਤੀ ਟਾਟਾ ਨੇ ਦੋ ਕੰਮ ਬੜੇ ਕਮਾਲ ਦੇ ਕੀਤੇ ਇੱਕ ਸੀਐਨਜੀ ਦੇ ਵਿੱਚ ਬੂਟ ਸਪੇਸ ਵੀ ਬਣਾਤੀ ਹੈ ਤੇ ਦੂਜਾ ਸੀਐਨਜੀ ਨੂੰ ਆਟੋਮੈਟਿਕ ਵੀ ਕਰ ਦਿੰਦਾ ਇਸੇ ਕਰਕੇ ਟਾਟਾ ਦੇ ਸੇਲ ਬਹੁਤ ਜ਼ਿਆਦਾ 6482 ਗੱਡੀਆਂ ਕੁੱਲ ਸੇਲ ਹੋਈਆਂ 565000 ਤੋਂ ਲੈ ਕੇ 890000 ਰੁਪਏ ਤੱਕ ਮਿਲ ਜਾਂਦੀ ਹੈ 1 ਸ਼ੋਰੂਮ ਪ੍ਰਾਈਸ ਤੇ ਆਗੋ 6ਵੇਂ ਨੰਬਰ ਤੇ ਜੀ ਆਈਟਨਿਓਸ ਗ੍ਰੈਂਡ ਆਈਟਨਿਓਸ 6865 ਗੱਡੀਆਂ ਸੇਲ ਹੋਈਆਂ 592000 ਤੋਂ ਲੈ ਕੇ 856000 ਤੱਕ ਇੱਕ ਸ਼ੋਰੂਮ ਪ੍ਰਾਈਜ਼ ਮਿਲ ਜਾਂਦੀ ਹੈ ਪੰਜਵੇਂ ਨੰਬਰ ਤੇ ਜੀ ਹੁੰਡਾਈ i20 7000 ਤੋਂ 83 ਗੱਡੀਆਂ ਟੋਟਲ ਸੇਲ ਹੋਈਆਂ 740000 ਤੋਂ ਲੈ ਕੇ 1122000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਜ਼ ਮਿਲ ਜਾਂਦੀ ਹੈ ਚੌਥੇ ਨੰਬਰ ਤੇ ਜੀ ਆਲਟੋ K10 12395 ਗੱਡੀਆਂ ਟੋਟਲ ਸੇਲ ਹੋਈਆਂ ਪੈਟਰੋਲ CNG ਦੇ ਵਿੱਚ ਅਵੇਲੇਬਲ ਆ ਆਟੋਮੈਟਿਕ ਟਰਾਂਸਮਿਸ਼ਨ ਵੀ ਮਿਲ ਜਾਂਦਾ 4 ਲੱਖ ਤੋਂ ਲੈ ਕੇ 590000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਜ਼ ਮਿਲ ਜਾਂਦੀ ਹੈ ਤੀਸਰੇ ਨੰਬਰ ਤੇ ਜੀ Swift 15370 ਗੱਡੀਆਂ ਸੇਲ ਹੋਈਆਂ 6 ਲੱਖ ਤੋਂ ਲੈ ਕੇ ਤੇ 9 ਲੱਖ ਰੁਪਏ ਤੱਕ ਐਕਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਤੇ ਦੂਸਰੇ ਨੰਬਰ ਤੇ ਜੀ ਵੈਗਨਰ ਵੈਗਨਰ ਵੀ ਕਮਰਸ਼ੀਅਲ ਦੇ ਵਿੱਚ ਹੀ ਜ਼ਿਆਦਾ ਵੇਚਦੀ ਹੈ ਤਾਂ ਹੀ ਇਹਦੀ ਸੇਲ ਇੰਨੀ ਜ਼ਿਆਦਾ 17756 ਗੱਡੀਆਂ ਟੋਟਲ ਸੇਲ ਹੋਈਆਂ 554000 ਤੋਂ ਲੈ ਕੇ 738000 ਰੁਪਏ ਤੱਕ ਐਕਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਪਹਿਲੇ ਨੰਬਰ ਤੇ ਜੀ ਬਲੈਨੋ 19630 ਗੱਡੀਆਂ ਟੋਟਲ ਸੇਲ ਹੋਈਆਂ 666000 ਤੋਂ ਲੈ ਕੇ 988000 ਰੁਪਏ ਤੱਕ ਐਕਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਬਲੈਨੋ ਪੈਟਰੋਲ ਔਰ ਸੀਐਨਜੀ ਦੋਨਾਂ ਦੇ ਵਿੱਚ ਅਵੇਲੇਬਲ ਆ ਸੋ ਦੋਸਤੋ ਇਹ ਸੀਗੀਆਂ 12 ਕਾਰਾਂ ਜਿਹੜੀਆਂ ਹੈਚਬੈਕ ਸੈਗਮੈਂਟ ਦੇ ਵਿੱਚ ਆਲ ਇੰਡੀਆ ਦੇ ਵਿੱਚ ਜਿਹੜੀਆਂ ਸੇਲ ਹੋਈਆਂ ਕੱਲੇ ਪੰਜਾਬ ਦੀ ਸੇਲ ਹੈ ਨਹੀਂ ਐ ਸੋ ਮਿਲਦੇ ਹਾਂ ਜੀ ਫਿਰ ਧੰਨਵਾਦ